ਸਸਿਕਾ ਜੀ ਸਾਰਿਆਂ ਨੂੰ ਬਾਈ ਜੀ ਜੁੜਜੋ ਲਾਈਵ ਤੇ ਜਿਹੜੀ ਭਰਤੀ ਚੱਲ ਰਹੀ ਸੀ ਪੰਜਾਬ ਪੁਲਿਸ ਦੀ ਜਿਹੜੇ ਬੱਚੇ ਸਿਲੈਕਟ ਹੋਏ ਨੇ ਬਹੁਤ ਫੋਨ ਆ ਰਹੇ ਨੇ ਬਹੁਤ ਮੈਸੇਜ ਆ ਰਹੇ ਨੇ ਕਿ ਸਰ ਸਾਡੀ ਜੁਆਇਨਿੰਗ ਕਦੋਂ ਹੋਊਗੀ ਜੁਆਇਨਿੰਗ ਹੋਊ ਜਾਂ ਨਾ ਹੋਊਗੀ ਅੱਗੇ ਕੋਈ ਪ੍ਰੋਬਲਮ ਨਾ ਪੈ ਜੇ ਜੀ ਇਲੈਕਸ਼ਨ ਹੋ ਰਹੇ ਨੇ ਜੀ ਦੇਖੋ ਵੀਰੇ ਇਹਦੇ ਵਿੱਚ ਤੁਸੀਂ ਸੇਫ ਹੋ ਕੁਝ ਨਹੀਂ ਦੇ ਵਿੱਚ ਹੋਣਾ ਨਾ ਤੁਹਾਡਾ ਕੋਈ ਨੁਕਸਾਨ ਨਹੀਂਗਾ ਤੁਹਾਡਾ ਤੁਸੀਂ ਭਰਤੀ ਹੋ ਗਏ ਹੋ ਤੇ ਹੋ ਸਕਦਾ ਹੈ ਚੇਅਰਮੈਨ ਬੋਰਡ ਜਿਹੜੇ ਆਪਣੇ ਹੈਗੇ ਨੇ ਤੇ ਉਹ ਇਲੈਕਸ਼ਨ ਕਮਿਸ਼ਨ ਤੋਂ ਤੁਹਾਡੇ ਭਰਤੀ ਹੋਣ ਦੇ ਸਬੰਧ ਕੋਈ ਮਨਜ਼ੂਰੀ ਲੈ ਲੈਣ ਉਹ ਤਾਂ ਉਹਨਾਂ ਨੇ ਦੇਖਣਾ ਹਨਾ ਤੇ ਇਲੈਕਸ਼ਨ ਕਮਿਸ਼ਨ ਸਾਹਿਬ ਨੇ ਦੇਖਣਾ ਕਿ ਮਨਜ਼ੂਰੀ ਦੇਣੀ ਆ ਜਾਂ ਨਹੀਂ ਦੇਣੀ ਕੀ ਗੱਲਬਾਤ ਹੈ ਤੇ ਬੜੇ ਫੋਨ ਵੱਜ ਰਹੇ ਨੇ ਤੇ ਪਹਿਲਾਂ ਇਹ ਫੋਨ ਬੱਚੀ ਕਹਿੰਦੇ ਦੀ ਬਾਈ ਜੀ ਕਦੋਂ ਰਿਜ਼ਲਟ ਆਊਗਾ ਕਿੰਨੇ ਤੋਂ ਮੈਟ ਜਾਣੇ ਆ ਹੁਣ ਭਰਤੀ ਕਲੀਅਰ ਹੋਊਗੀ ਹੁਣ ਇਹ ਫੋਨ ਆਏ ਰਹੇ ਨੇ ਕਿ ਬਾਈ ਜੀ ਜੁਆਇਨਿੰਗ ਹੋਊ ਜਾਂ ਨਾ ਹੋਊ ਮੈਡੀਕਲ ਦੇ ਵਿੱਚ ਕੀ ਹੋਣਾ ਹੈ ਮੈਡੀਕਲ ਕੋਈ ਟਫ ਤਾਂ ਨਹੀਂ ਹੈਗਾ ਬਾਈ ਜੀ ਮੈਨੂੰ ਆਰਮੰਡ ਕੇਡਰ ਮਿਲ ਗਿਆ ਜੀ ਮੈਨੂੰ ਡਿਸਟ੍ਰਿਕਟ ਕੇਡਰ ਨੇ ਮਿਲਿਆ ਜੀ ਮੈਂ ਭਰਿਆ ਆਰਮੰਡ ਸੀ ਮਿਲ ਗਿਆ ਡਿਸਟ੍ਰਿਕਟ ਮੈਂ ਭਰਿਆ ਡਿਸਟ੍ਰਿਕਟ ਸੀ ਮਿਲ ਗਿਆ ਆਰਮੰਡ ਸ਼ੁਕਰ ਕਰੋ ਵੀਰੇ ਮਾਲਕ ਦਾ ਕਿ ਤੁਹਾਨੂੰ ਜੋਬ ਮਿਲ ਗਈ ਜਿਹੜੇ ਅੱਧੇ-ਅੱਧੇ ਇੱਕ-ਇੱਕ ਨੰਬਰ ਤੇ ਰਹਿ ਗਏ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਉਹਨਾਂ ਦਾ ਕੀ ਹਾਲ ਆ ਨਾ ਨਵੀਗ ਨਾ ਬਾਈ ਸਸੀ ਘਾਲ ਸਸੀ ਘਾਲ ਵੀਰੇ ਹਰਵਿੰਦਰ ਜਿੰਦਰ ਤੇ ਵੀਰੇ ਇਸ ਕਰਕੇ ਤੁਹਾਨੂੰ ਦੱਸਨੇ ਆਪਾਂ ਹਨਾ ਕਿ ਜਦੋਂ ਕੋਈ ਵੀ ਮੈਨੂੰ ਅਪਡੇਟ ਮਿਲਦੀ ਆ ਵੀਰੇ ਦੇਖੋ ਆਪਾਂ ਆਪਦੇ ਕੋਲ ਤਾਂ ਕੁਝ ਕਹਿ ਨਹੀਂ ਸਕਦੇ ਹਨਾ ਜੋ ਕੋਈ ਅੱਗੇ ਹੁਣ ਇਲੈਕਸ਼ਨ ਕਮਿਸ਼ਨ ਸਾਹਿਬ ਦਾ ਹੁਕਮ ਆਊਗਾ ਜਾਂ ਭਾਰਤੀ ਦੇ ਜਿਹੜੇ ਚੇਅਰਮੈਨ ਸਾਹਿਬ ਨੇ ਉਹਨਾਂ ਦਾ ਕੋਈ ਹੁਕਮ ਆਊਗਾ ਜੋ ਵੀ ਕੋਈ ਅਪਰੂਵ ਲਾਉ ਹੋ ਸਕਦਾ ਕੋਈ ਅਪਰੂਵ ਆ ਜੇ ਵੀ ਹਾਂ ਇਹਨਾਂ ਦੀ ਜੁਆਇਨਿੰਗ ਕਰਾਓ ਵੀ ਅੱਗੇ ਇਲੈਕਸ਼ਨ ਨੇ ਇਲੈਕਸ਼ਨ ਦੇ ਵਿੱਚ ਵੀ ਤੁਹਾਡੇ ਤੋਂ ਕੰਮ ਲੈ ਸਕਦੇ ਨੇ ਨਾ ਤੇ ਕਿਉਂਕਿ ਬਹੁਤ ਲੋਡ ਹੈ ਇਲੈਕਸ਼ਨ ਦੇ ਵਿੱਚ ਬਹੁਤ ਡਿਊਟੀ ਪੈਂਦੀ ਹੈ ਤੇ ਇਸ ਕਰਕੇ ਤੁਸੀਂ ਹਿੰਮਤ ਰੱਖੋ ਹੌਂਸਲਾ ਰੱਖੋ ਤੇ ਇਹਦੇ ਵਿੱਚ ਇਹ ਨਹੀਂ ਹੈਗਾ ਵਿੱਚ ਅੱਧ ਕਈ ਜਾਨੇ ਕਹਿੰਦੇ ਬਾਈ ਜੀ ਜੇ ਦੂਜੀ ਸਰਕਾਰ ਆ ਗਈ ਕਿਤੇ ਨਾ ਭਰਤੀ ਕਰੇ ਕਿਤੇ ਉਹ ਕੈਨਸਲ ਕਰ ਦੇ ਨਹੀਂ ਵੀਰੇ ਇਹ ਨਹੀਂ ਹੋ ਸਕਦਾ ਜੋ ਇੱਕ ਵਾਰੀ ਸਰਕਾਰ ਨੇ ਫੈਸਲਾ ਕਰਤਾ ਤੁਹਾਡੀ ਭਰਤੀ ਕਲੀਅਰ ਹੋ ਗਈ ਆ ਸਾਰਾ ਕੁਝ ਕਲੀਅਰ ਹੋ ਗਿਆ ਤੁਸੀਂ ਭਰਤੀ ਹੋਗੇ ਤੁਹਾਡੇ ਵੱਲ ਵਧਾਈਆਂ ਹੋ ਗਿਆ ਸਾਰਿਆਂ ਵੱਲ ਸਾਰਿਆਂ ਦੇ ਆਪਣੇ ਕੰਮਕਾਰ ਜਿਹੜੇ ਸੈੱਟ ਹੋ ਗਏ ਨੇ ਨਾ ਤੇ ਉਹਨਾਂ ਬੱਚਿਆਂ ਨੂੰ ਬੇਨਤੀ ਆ ਕਿ ਤੁਸੀਂ ਪੜ੍ਹਦੇ ਰਹੋ ਤੇ ਜੋ ਅੱਗੇ ਉਹਨਾਂ ਇਲੈਕਸ਼ਨ ਹੋਣਾ ਉਸ ਤੋਂ ਬਾਅਦ ਜਿਹੜੀ ਅੱਗੇ ਪੰਜਾਬ ਦੇ ਵਿੱਚ ਸਤਾਚ ਸਰਕਾਰ ਆਉਣੀ ਹੈ ਜੋ ਸਰਕਾਰ ਨੂੰ ਠੀਕ ਲੱਗੂਗਾ ਵੀ ਕਿਹੜੀ vacancies ਲੋੜ ਆ ਕਿੱਥੇ ਲੋੜ ਹੈ ਕਿੰਨੇ ਬੱਚੇ ਭਰਤੀ ਕਰਨੇ ਨੇ ਕਿਹੜੇ ਡਿਪਾਰਟਮੈਂਟ ਵਿੱਚ ਕਰਨੇ ਨੇ ਉਹ ਸਾਰੀ ਪ੍ਰਪੋਜ਼ਲ ਉਹਨਾਂ ਕੋਲ ਹੀ ਹੁੰਦੀ ਆ ਹਿੰਮਤ ਨਾ ਛੱਡਿਓ ਹੌਸਲਾ ਨਾ ਹਾਰਿਓ ਹਨਾ ਕਿਤੇ ਉਹੀ ਤੋਂ ਉਹੀ 5 ਸਾਲਾਂ ਬੈਠੇ ਰਹੋ ਵੀ 5 ਸਾਲ ਬਾਅਦ ਭਰਤੀ ਆਊਗੀ ਇਹ ਤਾਂ ਆਪਣੀ ਪੋਸਟ ਦੇ ਉੱਪਰ ਐ ਪੋਸਟਾਂ ਦੇ ਕਦੇ ਵੀ ਲੋੜ ਪੈ ਸਕਦੀਆਂ ਕਿਸੇ ਵੀ ਡਿਪਾਰਟਮੈਂਟ ਵਿੱਚ ਪੰਜਾਬ ਪੁਲਿਸਾਂ ਚ ਟੀਚਰ ਮਹਿਕਮਾ ਚ ਮੈ ਡਾਕਟਰ ਨੇ ਤੇ ਹੈਲਥ ਡਿਪਾਰਟਮੈਂਟ ਐ ਤੇ ਕੋਈ ਹੋਰ ਵੀ ਜੋ ਵੀ ਆ ਅੰਗਨਵਾੜੀ ਵਰਕਰ ਨੇ ਕੋਈ ਵੀ ਐ ਨਰਸਿੰਗ ਦਾ ਜੋ ਵੀ ਹੈ ਉਹ ਪੰਜਾਬ ਸਰਕਾਰ ਦੇ ਡਿਪੈਂਡ ਕਰਦਾ ਪਰ ਹੁਣ ਤੁਸੀਂ 네ਗੇਟਿਵਿਟੀ ਨਾ ਸੋਚੋ ਤੇ ਜਦੋਂ ਵੀ ਕੋਈ ਵੀ ਕੋਈ ਅਪਡੇਟ ਆਉਂਦੀ ਹੈ ਭਰਤੀ ਸੰਬੰਧੀ ਤਾਂ ਤੁਹਾਨੂੰ ਦੱਸਾਂਗੇ ਤੇ ਹੋ ਸਕਦਾ ਹੈ ਤੁਹਾਡੀ ਹੁਣੀ ਜੋਇਨਿੰਗ ਹੋ ਜੇ ਹਨ ਇਹ ਵੀ ਕੋਈ ਪਤਾ ਨਹੀਂ ਹੈਗਾ ਤੇ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਵਿੱਚ ਭਰਤੀ ਚੇਅਰਮੈਨ ਬੋਰਡ ਸਾਹਿਬ ਰਿਕੁਐਸਟ ਭੇਜ ਸਕਦੇ ਨੇ ਵੀ ਇਹਨਾਂ ਬੱਚਿਆਂ ਦੀ ਜਿਹੜੀ ਭਰਤੀ ਸਿਰੇ ਚੜ ਜੇ ਵੀ ਜੋਇਨਿੰਗ ਕਰਵਾ ਲਈਏ ਤੇ ਹਨਾ ਬਾਕੀ ਉਹ ਅਫਸਰ ਨੇ ਸਾਹਿਬਾਨੇ ਉਹਨਾਂ ਤੇ ਡਿਪੈਂਡ ਕਰਦਾ ਵੀ ਕਿੱਦਾਂ ਕੀ ਗੱਲਬਾਤ ਹੈ ਤੇ ਮੈਂ ਤਾਂ ਤਾਂ ਵੀਰੇ ਲਾਈਵ ਹੋ ਕੇ ਦੱਸਿਆ ਕਿਉਂਕਿ ਮੈਨੂੰ ਫੋਨ ਬਹੁਤ ਆ ਰਹੇ ਹਨਾ ਬਹੁਤ ਜਾਰੇ ਫੋਨ ਆ ਰਹੇ ਨੇ ਸੋਮਨਾ ਸਾਸਿਕਾਰਵੀ ਕੰਗ੍ਰੈਚੂਲੇਸ਼ਨ ਸਾਸਿਕਾਰਵੀ ਸਾਸਿਕਾਰਵੀ ਦੇ ਸਾਰੇ ਸਾਸਿਕ ਪਰ ਚੋਣਾ ਤਵਾ ਜੁਆਇਨ ਹੋ ਜਾਣੀਆਂ ਆ ਪ੍ਰਭ ਜੀ ਮੈਂ ਕਹਿ ਰਿਹਾ ਤੇ ਤੇ ਬਾਕੀ ਲੋਕ ਅਫਵਾਹਾਂ ਬਹੁਤ ਟਰੋਂਦੇ ਨੇ YouTube ਤੇ ਬਹੁਤ ਗੋਸ਼ ਚੱਲ ਰਿਹਾ YouTube ਵਾਲੇ ਬਹੁਤ ਡਰਾ ਰਹੇ ਨੇ ਮੇਰੇ ਵੀਰ ਵੀਰੇ ਤੁਸੀਂ ਪੈਸੇ ਬਣਾ ਲਓ ਕੋਈ ਚੱਕਰ ਨਹੀਂ ਮੇਰੇ ਨਾਲ ਉਹਦੇ ਵੀ ਤਿੰਨ ਚਾਰ ਚੈਨਲ ਚੱਲਦੇ ਨੇ ਮੇਰੀ ਫੋਟੋ ਲੱਗੀ ਹੋਈ ਹੈ ਨਾ ਪਰ ਮੇਰੀ ਫੋਟੋ ਲੱਗੀ ਆ ਵੀਰੇ ਕੋਈ ਗਲਤ ਚੀਜ਼ ਨਾ ਪਾਇਆ ਕਰੋ ਜੋ ਮੈਂ ਹੁਣ ਬੋਲ ਰਿਹਾ ਤੁਸੀਂ ਲਾਈਵ ਹੈ ਨਾ ਰਿਕਾਰਡ ਕਰੂ ਪਾ ਦੋ ਕੋਈ ਚੱਕਰ ਨਹੀਂ ਪਰ ਮੇਰੀ ਫੋਟੋ ਤੇ ਹੋਰ ਲੱਗੇ ਹੁੰਦੀ ਆ ਵਿੱਚ ਕੁਝ ਹੋਰ ਹੰਦਰਾ ਤੇ ਬਹੁਤ ਬੰਦੇ ਮੇਰੇ ਨਾਲ ਬੈਸ ਗੱਲਾਂ ਕਰ ਰਹੇ ਨੇ ਕਿਹਨਾਂ ਕਹਿੰਦੇ ਬਾਈ ਜੀ ਸੋਡੀ ਪਿੱਕ ਲੱਗੀ ਹੋਈ ਐ ਕੋਈ ਮੇਰੇ ਨਾਲ ਚੈਨਲ ਜਿਹੜੇ ਬਣਿਆ ਕੋਈ ਗੱਲ ਨਹੀਂ ਵੀਰੇ ਤੁਸੀਂ ਕਮਾਓ ਪੈਸਾ ਕੋਈ ਚੱਕ ਨੀ ਯਾਰ ਕੋਈ ਦਿੱਕਤ ਨਹੀਂ ਪਰ ਲੋਕਾਂ ਨੂੰ ਘਬਰਾਹ ਨਾ ਕਰੋ ਕਿਉਂਕਿ ਇਹੇ ਉਹ ਬੱਚੇ ਨੇ ਜਿਨ੍ਹਾਂ ਨੇ ਮਿਹਨਤ ਕਰੀ ਐ ਤੁਸੀਂ ਸੁੱਤੇ ਪਏ ਹੁੰਦੇ ਸੀਗੇ ਜਿਹੜੇ YouTube ਚ ਲਾਉਂਦੇ ਹੋ ਤੇ ਉਹ ਗਰਾਊਂਡ ਦੇ ਵਿੱਚ ਹੁੰਦੇ ਸੀ ਨਾ ਉਹਨਾਂ ਦਾ ਮਾਂ ਟੁੱਟਦਾ ਯਾਰ ਜਦੋਂ ਤੁਸੀਂ ਕਹਿੰਦੇ ਹੋ ਦੇਖੋ ਜੀ ਕੋ ਹੋਰ ਨਹੀਂ ਅਪਡੇਟ ਸਰਕਾਰ ਨੇ ਆ ਫੈਸਲਾ ਕਰਤਾ ਚੌਣਕ ਮਿਸਰ ਸਾਹਿਬ ਨੇ ਆ ਕੇ ਕਹਾਤਾ ਪਰਤੀ ਚੇਅਰਮੈਨ ਬੋਰਡ ਸਾਹਿਬ ਨੇ ਆ ਕੇ ਕਹਾਤਾ ਉੱਤੇ ਤੁਸੀਂ ਹੋਰ ਲਿਖਦੇ ਹੋ ਵਿੱਚ ਕੁਝ ਹੋਰ ਨਿਕਲਦਾ ਅੱਧੇ ਤਾਂ ਇਦਾਂ ਦੇ ਨੇ ਬੱਚੇ ਉੱਤੇ ਦੇਖ ਕੇ ਦਿਲ ਟੁੱਟ ਜਾਂਦਾ ਮੈਨੂੰ ਉਹਦੀ ਫੋਨ ਮਾਰਦੀ ਨੇ ਕਿ ਬਾਈ ਜੀ ਤੁਹਾਡੇ ਚੈਨਲ ਤੇ ਆ ਚੀਜ਼ ਜਾਰੀ ਹੈ ਵੀ ਤੁਸੀਂ ਪਾਈ ਹੈ ਕੀਤੀ ਹੈ ਇਸ ਕਰਕੇ ਮੈਂ ਲਾਈਵ ਹੋ ਕੇ ਦੱਸਿਆ ਵੀ ਮੈਂ ਕਦੇ ਗਲਤ ਗਮਰਾਹ ਨਹੀਂ ਕਰਦਾ ਕਦੇ ਮੈਂ ਗਲਤ ਗਮਰਾਹ ਨਹੀਂ ਕਰਦਾ ਨਾ ਮੇਰੀ ਆਦਤ ਹੈ ਠੀਕ ਹੈ ਇਸ ਕਰਕੇ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਗਲਤ ਗਮਰਾ ਨਾ ਕਰਿਆ ਕਰੋ ਮੇਰਾ ਜੇ ਹੁਣ ਦੇਖੋ ਮੈਂ ਬੋਲ ਰਿਹਾ ਤੁਸੀਂ ਪਾਲੋਅ ਆਪਣੇ ਚੈਨਲ ਦੇ ਹੋ ਸਕਦਾ ਮੇਰੇ ਨਾਲ ਵੱਧ ਲੋਕ ਤੁਹਾਡੇ ਨਾਲ ਜੁੜੇ ਹੋਣ ਹਨਾ ਕਿਉਂਕਿ ਲੋਕ ਮੈਨੂੰ ਪਿਆਰ ਕਰਦੇ ਮੈਂ ਵੀ ਲੋਕਾਂ ਨੂੰ ਪਿਆਰ ਕਰਦਾ ਮੈਂ ਲੋਕਾਂ ਦੇ ਜਜ਼ਬਾਤਾਂ ਨਾਲ ਤੇ ਬੱਚਿਆਂ ਦੇ ਸੁਪਨਿਆਂ ਨਾਲ ਖੇਡਣਾ ਨਹੀਂ ਚਾਹੁੰਦਾ ਕਿਉਂਕਿ ਬੜੀ ਮਿਹਨਤ ਕੀਤੀ ਹੈ ਯਾਰ ਬਹੁਤ ਚਿਰ ਹੋ ਗਿਆ ਮਿਹਨਤ ਕਰਦੇ ਹਾਂ ਉਹਨਾਂ ਸੱਤ ਅੱਠ ਮਹੀਨੇ ਤਾਂ ਮੈਨੂੰ ਹੋ ਗਿਆ ਗਰਾਊਂਡ ਵਿੱਚ ਮਿਹਨਤ ਕਰਦੇ ਉਹਨਾਂ ਜਾਂਦੇ ਉਹਨੂੰ ਤੇ ਮੈਨੂੰ ਏਡੀ ਵੱਡੀ ਪ੍ਰੋਬਲਮ ਆ ਗਈ ਮੈਨੂੰ ਡਿਸਕ ਦੀ ਪ੍ਰੋਬਲਮ ਖੜੀ ਹੋ ਗਈ ਆ ਹਨਾ ਬੱਚਿਆਂ ਨੂੰ ਮਿਹਨਤ ਕਰਾ ਰਿਹਾ ਕੇ ਪਰ ਮੈਂ ਬਹੁਤ ਖੁਸ਼ ਆ ਵੀ ਮੇਰੇ ਗਰਾਊਂਡ ਦੇ ਵਿੱਚੋਂ ਬੱਚੇ ਬਹੁਤ ਸੈਲੈਕਟ ਹੋਏ ਨੇ ਜਿਹੜੇ ਬੱਚੇ ਮੈਨੂੰ ਦੇਖਦੇ ਸੀਗੇ ਮੋਟੀਵੇਸ਼ਨ ਹੋਏ ਨੇ ਮੇਰੀ ਵੀਡੀਓ ਦੇਖ ਕੇ ਮੈਂ ਸਵੇਰੇ ਪੋਸਟ ਪਾਈ ਸੀ ਹੁਣ ਵੀ ਕਹਨਾ ਵੀ ਉਹ ਬੱਚੇ ਮੈਨੂੰ ਆਪਦੇ ਦੇ ਫੋਟੋ ਜਰੂਰ ਭੇਜਿਓ ਮੈਂ ਤੁਹਾਡੀਆਂ ਫੋਟੋਆਂ ਸਾਰਿਆਂ ਨੇ ਫੇਸਬੁਕ ਤੇ ਪਾ ਕੇ ਉਹਨਾਂ ਸਾਰੇ ਲੋਕਾਂ ਲਈ ਸ਼ੇਅਰ ਕਰਾਂਗਾ ਜੋ ਕਹਿੰਦੇ ਨੇ ਹੱਥ ਨਾ ਪਹੁੰਚੇ ਥੂ ਕੋੜੀ ਕਹਿੰਦੇ ਨੇ ਵੀ ਪੈਸੇ ਲੈ ਕੇ ਭੜਤੀ ਹੋਏ ਨੇ ਖਲੇ ਬੀ ਲੋਕ ਹਨ ਵੀ ਤਾਂ ਪੈਸੇ ਰੱਖੇ ਨੇ ਤੇ ਤੁਸੀਂ ਦੱਸ ਦਿਓ ਵੀਰੇ ਜਿਹੜੇ ਭਰਤੀ ਹੋਗੇ ਵੀ ਕਿੰਨੇ ਕਿੰਨੇ ਪੈਸੇ ਤੁਹਾਡੇ ਲੱਗੇ ਨੇ ਤੇ ਬਾਕੀ ਮੈਂ ਕੋਸ਼ਿਸ਼ ਕਰੂੰਗਾ ਵੀਰੇ ਫੇਰ ਅਸੀਂ ਲੋਹੜੀ ਸੈਲੀਬ੍ਰੇਟ ਕਰਾਂਗੇ ਗਰਾਉਂਡ ਦੇ ਵਿੱਚ ਤੇ ਮੈਂ ਉਹਨਾਂ ਬੱਚੇ ਬੁਲਾਏ ਨੇ ਜਿਹੜੇ ਭਰਤੀ ਹੋਏ ਨੇ ਤੇ ਉਹਨਾਂ ਨੂੰ ਉਸੇ ਪੁੱਛ ਲਵਾਂ ਸਮ ਲਾਈਵ ਦਿਖਾ ਦਾਂਗੇ ਵੀ ਕਿੰਨੇ ਕਿੰਨੇ ਪੈਸੇ ਦਿੱਤੇ ਨੇ ਉੱਠੇ ਹੱਥੋਂ ਲੈ ਵੀ ਫਿੱਟੇ ਮੂੰਹ ਘੰਡੇ ਦੇ ਇਹ ਕੰਮ ਨਹੀਂ ਕਰਨਾ ਵੀਰੇ ਆਪਾਂ ਨੇ ਹਨਾ ਤੇ ਇਸ ਕਰਕੇ ਮੈਂ ਫੇਰ ਤੁਹਾਨੂੰ ਅਰਸ਼ ਦੀ ਮਾਨ ਤੇ ਸੁਖਜੀ ਸਾਹਿਬ ਹਲੋ ਵਰਤ ਹਲੋ ਭਾਜੀ ਜਤਨਦਰਪੂਰ ਸੋਣਾ ਵਰਤ ਸਰ ਕਹਿੰਦਾ ਮੈਂ ਵੀ ਭਰਤੀ ਹੋ ਗਿਆ ਥੈਂਕ ਯੂ ਬਾਈ ਮੁਬਾਰਕਾਂ ਬਾਈ ਜਤਨਦਰ ਸਿੰਘ ਸੁਖਜੀ ਸਾਹਿਬ ਆਈਆਂ ਮੈਂ ਕੋਲਕਾਤਾ ਗੁਰਪ੍ਰੀਤ ਸ਼ੇਅਰ ਕਰ ਸਰ ਇਹ ਫਾਈਨਲ ਲਿਸਟ ਜੀ ਹੁਣ ਸਿੱਤੀ ਯਾਨੀ ਹਾਂਜੀ ਹਾਂਜੀ ਵੀਰੇ ਇਹ ਫਾਈਨਲ ਲਿਸਟ ਹੈ ਇਸ ਦੋ ਵਾਰ ਤੁਹਾਡਾ ਮੈਡੀਕਲ ਹੋਊਗਾ ਬਸ ਬਚ ਕੇ ਰਹੋ ਵੀਰੇ ਮੈਡੀਕਲ ਵਿੱਚ ਕੋਈ ਸਰਟੀਫੀਕੇਟ ਨਾ ਖਾਲਿਓ ਹਨ ਤੇ ਬਾਕੀ ਪਰਮਾਤਮਾ ਅਗੇ ਅਰਦਾਸ ਕਰੋ ਕਿ ਤੇ ਤੁਹਾਡੀ ਹੋਣੀ ਜੁਆਇਨਿੰਗ ਹੋ ਜੇ ਵੀ ਚੌਣ ਕਮਿਸ਼ਨ ਸਾਹਿਬ ਨੂੰ ਪਰਮਿਸ਼ਨ ਦੇ ਦੇਣਾ ਹਣਾ ਜੇ ਬਾਕੀ ਭਰਤੀ ਦੇ ਸਾਡੇ 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 ਚੇਅਰਮੈਨ ਸਾਹਿਬ ਨੇ ਤੇ ਉਹ ਰਿਕਵੈਸਟਡ ਪੇ ਦੇ ਸਕਦੇ ਨੇ ਜਾਂ ਉਹਨਾਂ ਨੇ ਭੇਜੀ ਹੋਣੀ ਹਣਾ ਮੈਨੂੰ ਕੋਈ ਬੰਦਾ ਫੋਨ ਕਰ ਰਿਹਾ ਸੀ ਕਹਿੰਦਾ ਬਾਈ ਜੀ ਕੋਈ ਆਇਆ ਵੀ ਮਨਜ਼ੂਰੀ ਮਿਲ ਰਹੀ ਆ ਪਤਾ ਨਹੀਂ ਫੈਲ ਗਈ ਹੈ ਤੇ ਮੈਂ ਵੈਸੇ ਵੀ ਲਾਈਵ ਹੋ ਕੇ ਦੱਸਣਾ ਸੀਗਾ ਵੀ ਤੁਸੀਂ ਹੁਣ ਟੈਨਸ਼ਨ ਨਹੀਂ ਲੈਣੀ ਬਸ ਤੁਸੀਂ ਮੈਡੀਕਲ ਵਿੱਚ ਫਿੱਟ ਹੋ ਜਾਓ ਫਿੱਟਰ ਹੋ ਤੇ ਕੋਈ ਇੱਧਰ ਉੱਧਰ ਹਣਾ ਉਠਾ ਸਦਾ ਕੰਮ ਨਾ ਕਰ ਲਿਓ ਕਿਤੇ ਕੋਈ ਲੱਤ ਮਾਂਤਾ ਡਾਕੇ ਬਹਿ ਜਾਓ ਹਨਾ ਇਸ ਕਰਕੇ ਸੇਫ ਰਹੋ ਜਿੱਦਾਂ ਕਹਿੰਦੇ ਨੇ ਵੀ ਇੱਕ ਮੁੰਡੇ ਦਾ ਵਿਆਹ ਜਾਂ ਕੁੜੀ ਦਾ ਵਿਆਹ ਸਾਹਿਬਾਂ ਦੀ ਲੱਤ ਹੁੰਦੀ ਹੈ ਵੀ ਸਮਝ ਲਓ ਤੁਹਾਡਾ ਵਿਆਹ ਹੀ ਹੈ ਵੀਰੇ ਜਿੰਨਾ ਚੁੱਕ ਤੁਹਾਡਾ ਮੈਡੀਕਲ ਨਹੀਂ ਉਹਨਾਂ ਛੋਟਾ ਮੋਟਾ ਘਰ ਦਾ ਕੰਮ ਕਰਦੇ ਰਹੋ ਪਰ ਇਹੋ ਜਿਹਾ ਕੋਈ ਪੰਗਾ ਨਾ ਲਿਓ ਵੀ ਕਿਤੇ ਕੋਈ ਛੱਟ ਪੇਟ ਕਾ ਲੂ ਕਿਉਂਕਿ ਤੁਹਾਡੀ ਐਨਰ ਦੀ ਮਿਹਨਤ ਕਰੀ ਜਿਹੜੀ ਉਹ ਕਿਤੇ ਪਾਣੀ ਚ ਨਾ ਪੈ ਜੇ ਜਿਹੜੇ ਗਮਰਾਹ ਕਰਦੇ ਨੇ ਵੀਰੇ ਉਹਨਾਂ ਤੋਂ ਬਚ ਕੇ ਰਹੋ ਬਹੁਤ ਕੁਝ ਚੱਲੂਗਾ YouTube ਤੇ ਬਹੁਤ ਕੁਝ ਹੋਣਾ ਕਿਸੇ ਦਾ ਕੁਝ ਨਹੀਂ ਸੁਣਨਾ ਤੁਸਨੇ ਜਦੋਂ ਕੈ ਤਾ ਜਗਵਿੰਦਰ ਸਿੰਘ ਪੰਜਾਬ ਪੁਲਿਸ ਪੰਜਾਬ ਪੁਲਿਸ ਸੋਸ਼ਲ ਵਰਕਿੰਗ YouTube ਚੈਨਲ ਤੇ ਜਗਵਿੰਦਰ ਪੀਪੀ ਸਟਾਰ ਚੈਨਲ ਤੁਹਾਨੂੰ ਸਾਰੀ ਕੱਲੋ ਕੱਲੀ ਗੱਲ ਦੱਸਾਂਗੇ ਸਾਡਾ ਪੰਜਾਬ ਪੁਲਿਸ ਇੰਡੀਆ ਪੇਜ ਬਣਿਆ ਹੋਇਆ ਹੈ 24 ਘੰਟੇ ਸਾਡੇ ਉਹ ਡੀਜੀਪੀ ਸਾਹਿਬ ਦਾ ਪੇਜ ਚੱਲਦਾ ਹੈ ਉਹਦੇ ਉੱਪਰ ਉਹਨਾਂ ਡੀਜੀਪੀ ਸਾਹਿਬ ਦੀ ਸਾਡੇ ਮਾ ਜੋ ਡੀਜੀਪੀ ਸਾਹਿਬ ਦੀ ਫੋਟੋ ਲੱਗੀ ਹੋਈ ਹੈ ਤੇ ਉਸ ਤੋਂ ਬਾਅਦ ਅਸੀਂ ਥੱਲੇ ਜਿਹੜੇ ਸੋਸ਼ਲ ਵਰਕਰ ਨੇ ਪੰਜਾਬ ਪੁਲਿਸ ਦੇ ਅਥੀਸ ਤੁਹਾਡੇ ਨਾਲ ਜੁੜੇ ਹੋਇਆ ਮੇਰਾ ਜਗਵਿੰਦਰ ਸਿੰਘ ਪੰਜਾਬ ਪੁਲਿਸ ਪੇਜ ਹੈ ਪੰਜਾਬ ਪੁਰ ਸ਼ੋਸ਼ ਵਰਕਿੰਗ YouTube ਚੈਨਲ ਮੇਰਾ origignal ਚੈਨਲ ਹੈ ਜਿਹੜਾ ਤੇ ਜਗਮਿੰਦਰ ਪੀਬੀ ਇਸਟਾ ਬਾਕੀ ਮੇਰੇ ਨਾਲ ਉਹਦੇ ਬਹੁਤ ਚੈਨਲ ਬਣੇ ਨੇ ਕੋਈ ਗੱਲ ਨਹੀਂ ਤੇ ਆਪਾਂ ਦਾ ਲੋਕਾਂ ਦੀ ਜਾ ਰਹੇ ਆ ਆਪਾਂ ਕੋਈ ਗਲਤ ਕੰਮ ਕਰ ਰਹੇ ਆ ਪਰ ਮੈਂ ਇਹਨਾਂ ਉਹਨਾਂ ਨੂੰ ਗੱਲ ਕਹੂੰਗਾ ਵੀ ਉੱਪਰ ਜਿਹੜਾ ਲਿਖ ਕੇ ਕਰਛੜਾ ਲਾ ਦਿੰਦੇ ਨੇ ਇੱਕ ਵੀ ਦੇਖੋ ਕੀ ਕਿਹਾ ਤੇ ਇਦਾਂ ਨਹੀਂ ਵਿਆਹ ਹੋ ਗਿਆ ਤਬ ਅੱਧੇ ਤਾਂ ਅਸੀਂ ਦੇਖ ਕੇ ਡਰ ਜਾਂਦੇ ਨੇ ਤੇ ਤੁਸੀਂ ਵੀ ਪੂਰੀ ਖਬਰ ਦੇਖ ਰਿਹਾ ਕਰੋ ਮੇਰੇ ਚਾਹਣ ਵਾਲਿਓ ਪਿਆਰ ਕਰਨ ਵਾਲਿਓ ਪੂਰੀ ਖਬਰ ਦੇਖ ਲਿਆ ਕਰੋ ਜੇਕਰ ਕੋਈ YouTube ਤੇ ਪਾਉਂਦਾ ਹਨ ਤੇ ਜਿੱਥੇ ਮੇਰੀ ਵੀ ਲੋੜ ਹੈ ਵੀਰੇ ਤੇ ਆਪਾਂ ਹਾਜਨਾ 9417442324 ਮੇਰਾ ਮੋਬਾਈਲ ਨੰਬਰ ਹੈ ਮੈਂ ਫਿਰ ਇੱਕ ਵਾਰੀ ਤੁਹਾਨੂੰ ਬੇਨਤੀ ਕਰਦਾ ਜਿਹੜੇ ਬੱਚੇ ਮੈਨੂੰ ਦੇਖਦੇ ਰਹੇ ਨੇ ਮੋਟੀਵੇਸ਼ਨ ਹੋਏ ਨੇ ਤਾਂ ਜਰੂਰ ਆਪਣੇ ਆਪਣੀ ਪਿਕ ਮੈਨੂੰ ਵਟਸਐਪ ਕਰ ਦਿਓ ਤੇ ਮੈਂ ਉਹਨਾਂ ਦੇ ਸਾਰੀਆਂ ਪਿਕਾਂ ਬਣਾ ਕੇ ਵਧੀਆ ਪੋਸਟਰ ਬਣਾ ਕੇ ਹਨਾ ਤੇ ਪਾਵਾਂਗਾ ਸ਼ੇਅਰ ਕਰਾਂਗਾ ਕਿਉਂਕਿ ਉਹਨਾਂ ਲੋਕਾਂ ਲਈ ਇੱਕ ਮੈਸੇਜ ਬਗ ਜਿਹੜੇ ਤਾਨੇ ਮਾਰਦੇ ਵੀ ਦੇਖਾਂ ਜਦੋਂ ਉਹ ਭਰਤੀ ਹੋ ਜਾਣਗੇ ਹਨਾ ਪਰਾ ਅੱਜ ਤੁਸੀਂ ਭਰਤੀ ਹੋ ਗਏ ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜਗਵਿੰਦਰ ਸਿੰਘ ਪੰਜਾਬ ਪੁਲਿਸ ਵੱਲੋਂ ਤੇ ਪੂਰੀ ਪੰਜਾਬ ਪੁਲਿਸ ਵੱਲੋਂ ਸਾਡੇ ਮੈਂਬਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਬਸ ਇਦਾਂ ਇੱਕ ਵਧੀਆ ਤੇ ਇਮਾਨਦਾਰ ਚੰਗੇ ਬੰਦੇ ਰਹਿ ਕੇ ਕੰਮ ਕਰਦੇ ਰਹੋ ਤੇ ਲੋੜਵੰਦਾਂ ਦੀ ਮਦਦ ਕਰਦੇ ਹੋ। ਬਾਕੀ ਇਹਨੂੰ ਲਾਈਵ ਨੂੰ ਸ਼ੇਅਰ ਜੁੜ ਕਰ ਦਿਓ। ਤਾ ਜੋ ਕਿ ਉਹਨਾਂ ਤੱਕ ਪਹੁੰਚੇ ਜਿਹੜੇ ਹਲੇ ਵੀ ਡਰੇ ਬੈਠੇ ਨੇ ਵੀ ਪਤਾ ਨਹੀਂ ਕੀ ਹੋਊਗਾ ਮੈਡੀਕਲ ਮੈਡੀਕਲ ਬੋਰਡ ਨੇ ਦੇਖਣਾ ਵੀ ਕਿੱਦਾਂ ਦਾ ਮੈਡੀਕਲ ਕਰਨਾ ਕੀ ਉਹਦੇ ਵਿੱਚ ਹੁੰਦਾ ਕੀ ਕੁਛ ਪਰ ਤੁਸੀਂ ਆਪਦੇ ਆਪ ਨੂੰ ਸੇਫਟੀ ਦੇਣੀ ਹੈ ਆਪਦੇ ਆਪ ਨੂੰ ਸੇਫ ਰੱਖਣਾ ਹੈ ਕਿ ਕੋਈ ਕਿੱਦਾਂ ਦਾ ਕੰਮ ਨਾ ਕਰ ਬੈਠੋ ਕਿ ਤੁਸੀਂ ਲੱਤ ਮਾਰਦੇ ਜਿਹੜੀ ਸੱਟ ਖਾ ਲਓ ਕੋਈ ਅਖ ਵੇਟ ਤੇ ਛੋਡੇ 6 ਵਜੇ ਹੈਨਾ ਕਈ ਵਾਰ ਹੁੰਦਾ ਕੋਈ ਕਿਤੇ ਦਿੱਤੀ ਹੁੰਦੇ ਨੇ ਬਹੁਤ ਵੀ ਹੁਣ ਤਾਂ ਭਰਤੀ ਹੋ ਗਈ ਉਹਨਾਂ ਕੀ ਹੋਣਾ ਜੇ ਮੈਡੀਕਲ ਨਾਲ ਫਟੋਗੇ ਰਹਿ ਜੂ ਕੰਮ ਸਾਰਾ ਠੀਕ ਹੈ ਪੰਜ ਚਾਰ ਦਿਨ 10 ਦਿਨ ਘਰੀ ਰਹੋ ਕੋਈ ਗੱਲ ਨਹੀਂ ਜਿਹਨਾਂ ਚੋ ਮੈਡੀਕਲ ਨਹੀਂ ਹੁੰਦਾ ਠੀਕ ਹੈ ਬਾਹਰ ਜਾ ਕੋਈ ਕੰਮ ਨਾ ਕਰਿਓ ਪੁੱਟਸਦਾ ਠੀਕ ਹੈ ਬਾਈ ਤੇ 6 ਬਈ ਵੀਡੀਓ ਵੀਰੇ ਸ਼ੇਅਰ ਜੁੜ ਕਰਿਓ ਜਿੱਥੇ ਮੇਰੀ ਲੋੜ ਹੈ ਵੀਰੇ ਆਪਾਂ ਖੜੇ ਆ ਸਰ ਕੋਈ ਪੈਸਾ ਨਹੀਂ ਲੱਗਿਆ ਵੀਰ ਆ ਦੇ ਗੁਰਪ੍ਰੀਤ ਸ਼ੇਅਰ ਕਹਿੰਦਾ ਸਰ ਮੇਰਾ ਕੋਈ ਪੈਸਾ ਨਹੀਂ ਲੱਗਿਆ ਠੀਕ ਹੈ ਜਿਵੇਂ ਹੁੰਦੇ ਆ 5 ਸਾਲ ਤੋਂ ਤੇ ਹਲੇ ਵੀ ਬਾਈ ਇਹ ਨਾਲ ਵਿੱਚ ਚਿੰਤਾ ਵਿੱਚ ਵੀਰੇ ਚਿੰਤਾ ਨਾ ਕਰੋ ਹੁਣ ਕਲੀਅਰ ਆ ਤੁਹਾਡਾ ਸਾਰਾ ਕੁਝ ਠੀਕ ਹੈ ਤੇ ਹੁਣ ਚੌਂਕ ਕਮਿਸ਼ਨਰ ਸਾਹਿਬ ਦੇ ਹੱਥ ਵਿੱਚ ਹੈ ਵੀ ਉਹ ਮਨਜ਼ੂਰੀ ਦਿੰਦੇ ਨੇ ਕੀ ਗੱਲਬਾਤ ਹੈ ਤੇ ਚੇਅਰਮੈਨ ਬੋਰਡ ਜੀ ਨੇ ਜਿਹੜੇ ਉਹਨਾਂ ਦੇ ਹੱਥੇ ਕਿੱਦਾਂ ਕੀ ਕਰਨਾ ਪਰ ਕੋਈ ਕਰਨੀ ਜੇ ਨਹੀਂ ਵੀ ਕੁਝ ਹੋਊਗਾ ਤਾਂ ਅੱਗੇ ਜਦੋਂ ਇਲੈਕਸ਼ਨ ਹੋ ਗਿਆ ਤਾਂ ਤੁਹਾਡੀ ਜਿਹੜੀ ਜੁਆਇਨਿੰਗ ਹੋ ਜਾਊਗੀ ਤੁਸੀਂ ਅਬ ਦੇਬ ਨੂੰ ਭਰਤੀ ਸਮਝੋ ਤੇ ਬਸ ਇਹ ਮੇਰੀ ਬੇਨਤੀ ਹੈ ਵੀਰੇ ਬਿਕ ਭਰਾਵਾਂ ਨਾਲ ਇਹ ਕਿੰਨੀਆਂ ਗੱਲਾਂ ਜਿਗਣਾ ਠੀਕ ਹੈ ਤੇ ਜਿਉਂਦੇ ਬਵਾਦੇ ਰਹੋ ਵੀਰੇ ਰੱਬ ਰੱਖਾ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਨੂੰ ਖੁਸ਼ ਰੱਖੇ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਤੇ ਮੇਰੇ ਡਿਪਾਰਟਮੈਂਟ ਵੱਲੋਂ ਤੇ ਜਗਵਿੰਦਰ ਸਿੰਘ ਪੰਜਾਬ ਪੁਲਿਸ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਬਧਾਈਆਂ 94174 42324 ਮੇਰਾ ਮੋਬਾਈਲ ਨੰਬਰ ਹੈ ਤੇ ਠੀਕ ਹੈ ਮੇਰੇ ਦਾ ਕਾਲ ਲੋਡ ਹੋਈ ਤਾਂ ਜਦੋਂ ਮਰਜ਼ੀ ਕਾਲ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ